ਕੋਈ ਦਿਨ ਆਪਣੇ ਆਪ ਦੇ ਵਿੱਚ ਚੰਗਾ ਨਹੀਂ ਹੁੰਦਾ, ਕੋਈ ਦਿਨ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਹੁੰਦਾ। ਚੰਗਾ ਜਾਂ ਮਾੜਾ ਇਨਸਾਨ ਖੁਦ ਬਣਾਉਂਦਾ ਹੈ। ਜੇ ਘਰ ਦੇ ਵਿੱਚ ਆਪਾਂ ਕਲੇਸ਼ ਪਾ ਕੇ ਬਹਿ ਗਏ ਹਾਂ, ਭਾਵੇਂ ਉਸ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੀ ਕਿਉਂ ਨਾ ਆਵੇ। ਜੇ ਗੁਰਦੁਆਰੇ 'ਚ ਲੜਾਈ ਹੋ ਗਈ ਹੈ, ਘਰ 'ਚ ਲੜਾਈ ਹੋ ਗਈ ਹੈ, ਗਲੀ 'ਚ ਆਉਂਦਿਆਂ ਲੜਾਈ ਹੋ ਗਈ ਹੈ, ਜਾਂ ਸਾਡੇ 'ਤੇ ਕੋਈ ਕੇਸ ਪੈ ਗਿਆ, ਜਾਂ ਘਰ 'ਚ ਮੌਤ ਕੋਈ ਹੋ ਗਈ ਹੈ, ਜਾਂ ਕੋਈ ਹੋਰ ਪ੍ਰੋਬਲਮ ਆ ਗਈ ਹੈ, ਤਾਂ ਉਸ ਦਿਨ ਨੂੰ ਜਿੱਥੇ ਲੋਕ ਲੱਖਾਂ ਦੀ ਤਾਦਾਦ ਵਿੱਚ ਲੋਕ ਕਹਿਣਗੇ ਅੱਜ ਬੜਾ ਭਾਗਾਂ ਵਾਲਾ ਦਿਨ ਹੈ, ਅਤੇ ਸਾਡੇ ਲਈ ਕੀ ਬਣੇਗਾ ਉਹ? ਅਸੀਂ ਕਹਾਂਗੇ ਅੱਜ ਦਾ ਦਿਨ ਬੜਾ ਮਾੜਾ ਚੜਿਆ ਮੇਰੇ ਲਈ, ਇਹੀ ਕਹਾਂਗੇ। ਕਿਉਂਕਿ ਜਿਸ ਦਿਨ ਸਾਡੇ ਨਾਲ ਕੁਝ ਗਲਤ ਹੋ ਜਾਏ ਅਸੀਂ ਉਸ ਦਿਨ ਨੂੰ ਕਹਿੰਦੇ ਬੜਾ ਮਾੜਾ ਹੈ, ਜਿਸ ਦਿਨ ਚੰਗਾ ਹੋ ਜਾਏ ਆਪਾਂ ਕਹਿੰਦੇ ਉਹ ਦਿਨ ਬੜਾ ਭਲਾ ਹੈ, ਉਹ ਦਿਨ ਬੜਾ ਚੰਗਾ ਹੈ। ਚੰਗਾ ਬਣਾਉਣਾ ਜਾਂ ਮਾੜਾ ਬਣਾਉਣਾ ਇਹ ਬੰਦੇ ਦੇ ਹੱਥ ਵਿੱਚ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੱਦੈ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ ਆਪਣਿਆਂ, ਕਹਿੰਦੇ ਤੂੰ ਦੂਸਰੇ ਨੂੰ ਦੋਸ਼ ਨਾ ਦੇ ਕਿ ਉਹਨੇ ਤੇਰੇ ਨਾਲ ਮਾੜਾ ਕੀਤਾ, ਇਹ ਤੇਰੇ ਕਰਮਾਂ ਦਾ ਦੋਸ਼ ਹੈ, ਤੇਰੇ ਕੰਮਾਂ ਦਾ ਦੋਸ਼ ਹੈ, ਤੇਰੇ ਕੰਮਾਂ ਨੇ ਹੀ ਤੇਰੇ ਦਿਨ ਨੂੰ ਚੰਗਾ ਜਾਂ ਮਾੜਾ ਬਣਾਇਆ। ਦੱਦੈ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣਿਆਂ, ਅੱਗੇ ਪੜਿਓ ਜੀ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਤਾ ਉਹ ਮੈਂ ਪਾਲਿਆ। ਜੇ ਬਾਲਰੀ ਅੱਗ ਦੇ ਵਿੱਚ ਹੱਥ ਦਿੱਤਾ ਤੇ ਹੱਥ ਤਾਂ ਸੜਨਾ ਹੀ ਨਾ, ਜੇ ਪਾਣੀ ਵਿੱਚ ਛਾਲ ਮਾਰੀ ਹੈ ਤਰਨਾ ਨਹੀਂ ਆਉਂਦਾ ਤੇ ਡੁੱਬਣਾ ਹੀ ਹੈ ਨਾ। ਜ਼ਿੰਦਗੀ ਦੇ ਵਿੱਚ ਬਹੁਤ ਕੁਝ ਇਨਸਾਨ ਆਪਣੇ ਹੱਥੀਂ ਕ੍ਰੀਏਟ ਕਰਦਾ ਹੈ, ਕ੍ਰੀਏਟ ਕਰਨ ਤੋਂ ਬਾਅਦ ਇਨਸਾਨ ਇਹ ਸੋਚਦਾ ਵੀ ਮੈਥੋਂ ਹੋਇਆ ਕੀ ਹੈ। ਦੁਨੀਆ 'ਚ ਬਹੁਤ ਸਾਰੇ ਐਸੇ ਲੋਕ ਨੇ ਕਰਨ ਤੋਂ ਪਹਿਲਾਂ ਸੋਚਦੇ ਨੇ, ਪਰ ਬਹੁਤ ਸਾਰੇ ਐਸੇ ਲੋਕ ਨੇ ਜਦੋਂ ਕਰ ਲੈਂਦੇ ਨੇ ਫਿਰ ਸੋਚਦੇ ਨੇ ਵੀ ਸਾਤੋਂ ਕੀ ਹੋ ਗਿਆ। ਸਤਿਗੁਰੂ ਜੀ ਨੇ ਕਿਹਾ ਵੀ ਦਿਨ ਚੰਗਾ ਹੋਵੇ ਚਾਹੇ ਮਾੜਾ ਹੋਵੇ ਇਹ ਤੇਰੇ ਆਪਣੇ ਮਾਨਸਿਕ ਤਲ ਉੱਤੇ ਡਿਪੈਂਡ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉਹੀ ਧਰਤੀ ਹੈ, ਉਹੀ ਹਵਾ ਚੱਲ ਰਹੀ ਹੈ, ਉਹੀ ਸੂਰਜ ਹੈ, ਉਹੀ ਤਾਰੇ ਹੈ, ਸਭ ਕੁਝ ਉਸ ਤਰ੍ਹਾਂ ਦਾ ਹੀ ਹੈ, ਫਿਰ ਦਿਨ ਚੰਗਾ ਹੋਇਆ ਜਾਂ ਮਾੜਾ ਹੋਇਆ ਇਹਦਾ ਕੀ ਮੀਨਿੰਗ ਹੈ? ਇਹ ਅਸੀਂ ਤਿਆਰ ਕਰਦੇ ਹਾਂ, ਚੰਗਾ ਜਾਂ ਮਾੜਾ ਅਸੀਂ ਖੁਦ ਬਣਾਉਂਦੇ ਹਾਂ। ਅਸੀਂ ਬਣਾ ਲੈਂਦੇ ਵੀ ਆਹ ਦਿਨ ਬਹੁਤ ਚੰਗਾ ਹੈ, ਆਹ ਫਲਾਣਾ ਦਿਨ ਬਹੁਤ ਮਾੜਾ ਹੈ। ਇੱਥੋਂ ਤੱਕ ਜਦੋਂ ਅਸੀਂ ਆਪਣੇ ਬੱਚਿਆਂ ਦਾ ਵਿਆਹ ਧਰਿਆ ਹੋਵੇ, ਘਰ ਦੇ ਵਿੱਚ ਕੋਈ ਚੰਗਾ ਕੰਮ ਕਾਰ ਕਰਨਾ ਹੋਵੇ, ਅਸੀਂ ਵਿਸ਼ੇਸ਼ ਤੌਰ 'ਤੇ ਕਿਉਂ ਚੋਣ ਕਰਦੇ ਵੀ ਕੋਈ ਚੰਗਾ ਜਿਹਾ ਦਿਨ ਦੇਖੀਏ? ਚੰਗਾ ਜਿਹਾ ਦਿਨ ਕਿਹੜਾ ਹੁੰਦਾ? ਅਸੀਂ ਇੱਕ ਚੰਗਾ ਜਿਹਾ ਵਧੀਆ ਦਾ ਦਿਨ, ਵਧੀਆ ਦਿਨ ਚੁਣ ਲਿਆ ਵੀ ਇਸ ਦਿਨ ਸਾਡੇ ਬੱਚੇ ਦਾ ਆਨੰਦ ਕਾਰਜ ਹੋਣਾ ਹੈ। ਅਸੀਂ ਉਸ ਚੰਗੇ ਦਿਨ ਨੂੰ ਕੀ ਕੀਤਾ? ਆਨੰਦ ਕਾਰਜ ਵਾਸਤੇ ਚੁਣ ਲਿਆ, ਵੱਡੇ ਵੱਡੇ ਡਰਾਮ ਸ਼ਰਾਬ ਦੇ ਧਾਰੇ, ਉੱਥੇ ਚੱਲ ਗਈ ਗੋਲੀ, ਦੋ ਚਾਰ ਬੰਦੇ ਮਰ ਗਏ। ਉਹ ਜਿਹੜਾ ਚੰਗਾ ਦਿਨ ਆਪਾਂ ਚੁਣਿਆ ਸੀ ਕਿਸੇ ਪੰਡਿਤ ਨੂੰ ਜਾਂ ਕਿਸੇ ਭਾਈ ਨੂੰ ਪੁੱਛ ਕੇ, ਉਹ ਚੰਗਾ ਦਿਨ ਜ਼ਿੰਦਗੀ ਭਰ ਵਾਸਤੇ ਮਾੜਾ ਬਣ ਗਿਆ। ਬਣ ਗਿਆ ਨਾ, ਕਿੰਨਾ ਬਣਾਇਆ ਅਸੀਂ ਖੁਦ। ਜੇ ਉੱਥੇ ਗੁਰਬਾਣੀ ਦਾ ਕੀਰਤਨ ਹੁੰਦਾ, ਉੱਥੇ ਸ਼ਰਾਬ ਨਾ ਵਰਤਾਈ ਜਾਂਦੀ, ਉੱਥੇ ਕੋਈ ਨਸ਼ਾ ਨਾ ਹੁੰਦਾ, ਜੇ ਉੱਥੇ ਗੁਰਬਾਣੀ ਦਾ ਕੀਰਤਨ ਹੁੰਦਾ, ਜੇ ਉੱਥੇ ਗੁਰੂ ਦੀ ਵਿਚਾਰ ਹੁੰਦੀ, ਜੇ ਉੱਥੇ ਗੁਰਬਾਣੀ ਦਾ ਪਾਠ ਹੁੰਦਾ, ਜੇ ਉੱਥੇ ਗੁਰੂ ਦੀ ਕਥਾ ਹੁੰਦੀ, ਜੇ ਗੁਰੂ ਸਾਹਿਬ ਦੇ ਸਰੂਪ ਕੋਲ ਬੈਠ ਕੇ ਗੁਰੂ ਗੁਰੂ ਕਰਦੇ ਅਤੇ ਉਹ ਆਨੰਦ ਕਾਰਜ ਦੀਆਂ ਚਾਰ ਲਾਵਾਂ ਦੇ ਮੀਨਿੰਗ ਨੂੰ ਸਮਝਦੇ, ਤਾਂ ਜਿੱਥੇ ਧੀ ਜਾਣੀ ਸੀ ਉਹ ਵੀ ਪਰਿਵਾਰ ਗੁਰਮੁਖ ਹੁੰਦਾ, ਅਸੀਂ ਵੀ ਗੁਰਮੁਖ ਹੁੰਦੇ ਅਤੇ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਸੀ। ਜਦੋਂ ਅਸੀਂ ਉਹ ਦਿਨ ਸੋਚਿਆ ਵੀ ਬੜਾ ਵਧੀਆ ਦਿਨ ਹੈ, ਬੜਾ ਚੰਗਾ ਦਿਨ ਹੈ, ਬੜਾ ਭਾਗਾਂ ਵਾਲਾ ਦਿਨ ਹੈ, ਪਰ ਉਸ ਦਿਨ ਨੂੰ ਅਸੀਂ ਆਪਣੇ ਹੱਥੀਂ ਹੀ ਉਜਾੜ ਲਿਆ, ਆਪਣੇ ਹੱਥੀਂ ਹੀ ਖਰਾਬ ਕਰ ਲਿਆ, ਅਤੇ ਕਸੂਰ ਕਿੱਦਾਂ ਹੋਇਆ ਫਿਰ? ਰੱਬ ਦਾ ਕਿ ਜਾਂ ਸਾਡਾ? ਕਸੂਰ ਸਾਡਾ ਆਪਣਾ ਹੈ, ਰੱਬ ਦਾ ਨਹੀਂ। ਰੱਬ ਨੇ ਸਾਰੇ ਦਿਨ ਇੱਕ ਤਰ੍ਹਾਂ ਦੇ ਬਣਾਏ ਨੇ, ਰੱਬ ਨੇ ਕੋਈ ਸਮਾਂ ਮਾੜਾ ਨਹੀਂ ਪੈਦਾ ਕੀਤਾ,
ਰੱਬ ਨੇ ਕੋਈ ਸਮਾਂ ਚੰਗਾ ਨਹੀਂ ਪੈਦਾ ਕੀਤਾ, ਰੱਬ ਨੇ ਇੱਕ ਤਰ੍ਹਾਂ ਦਾ ਸਾਰਿਆਂ ਨੂੰ ਬਣਾਇਆ, ਰੱਬ ਨੇ ਇੱਕ ਤਰ੍ਹਾਂ ਦਾ ਸਮਾਂ ਤਿਆਰ ਕੀਤਾ। ਅਤੇ ਰੱਬ ਨੇ ਪਤਾ ਕੀ ਕਿਹਾ, ਰੱਬ ਨੇ ਕਿਹਾ ਵੀ ਗੁਰਮੁਖਾ ਉਹ ਬਲਿਆ ਭਲਿਆ ਬੰਦਿਆ, ਕੰਮ ਤੇਰੇ ਹੈ, ਤੇਰੇ ਕੰਮਾਂ ਮੁਤਾਬਕ ਤੇਰਾ ਜੀਵਨ ਢਲਣਾ, ਕੰਮ ਤੂੰ ਕਰਨੇ ਨੇ ਚੰਗੇ ਕਰ ਲੈ ਚਾਹੇ ਮਾੜੇ ਕਰ ਲੈ, ਤੇਰੇ ਕੰਮਾਂ ਦੇ ਆਧਾਰ 'ਤੇ ਫੈਸਲਾ ਆਉਣਾ, ਚੰਗੇ ਕਰੇਗਾ ਤਾਂ ਚੰਗਾ, ਮਾੜੇ ਕਰੇਗਾ ਤਾਂ ਮਾੜਾ। ਹੁਣ ਸਤਿਗੁਰੂ ਜੀ ਕੀ ਪਾਣ ਬਾਣੀ ਵਿੱਚ ਕਹਿੰਦੇ ਨੇ ਕਿ ਦਿਨ ਕਿਹੜਾ ਚੰਗਾ ਹੈ, ਰਾਤ ਕਿਹੜੀ ਚੰਗੀ ਹੈ, ਪਲ ਕਿਹੜਾ ਚੰਗਾ ਹੈ, ਘੜੀ ਕਿਹੜੀ ਚੰਗੀ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ ਜੀ, ਬਾਰਾਂ ਮਾਹ ਜਦੋਂ ਸਟਾਰਟ ਹੁੰਦਾ ਨਾ, ਬਾਰਾਂ ਮਾਹ ਦੀ ਪਾਣ ਬਾਣੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਉੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਕੀ ਕਹਿੰਦੇ ਨੇ, ਹੇ ਮਾਲਕ ਜੀ ਅਸੀਂ ਵਿਛੜੇ ਤੇ ਤੂੰ, ਪਰ ਵਿਛੜੇ ਕਿੱਦਾਂ, ਤੇਰੇ ਕਰਕੇ ਨਹੀਂ। ਕਿਰਤ ਕਰਮ ਕੇ ਵਿਛੜੇ, ਵਿਛੜੇ ਅਸੀਂ ਆਪਣੀ ਕਿਰਤ ਕਰਕੇ, ਆਪਣੇ ਕੰਮਾਂ ਕਰਕੇ। ਹੁਣ ਅਰਦਾਸ ਕੀ ਕਰਨੀ ਹੈ ਜੀ, ਕਰ ਕਿਰਪਾ ਮੇਲੋ ਰਾਮ, ਹੇ ਵਾਹਿਗੁਰੂ ਕਿਰਪਾ ਕਰ ਤੇ ਸਾਨੂੰ ਦੁਬਾਰਾ ਆਪਣੇ ਨਾਲ ਮੇਲ। ਆਪਾਂ ਕਿਉਂ ਦੁਬਾਰਾ ਉਹਦੇ ਨਾਲ ਮਿਲਣਾ ਹੈ, ਕਿ ਸਾਡੀ ਰਾਤ ਚੰਗੀ ਹੋਵੇ, ਸਾਡਾ ਦਿਨ ਚੰਗਾ ਹੋਵੇ, ਸਾਡੀ ਜ਼ਿੰਦਗੀ ਚੰਗੀ ਬਣ ਜਾਏ। ਕਿਉਂਕਿ ਸਮੇਂ ਨੂੰ ਭੈੜਾ ਅਸੀਂ ਆਪਣੇ ਹੱਥੀਂ ਬਣਾ ਲਿਆ ਹੈ, ਅਤੇ ਸਮੇਂ ਨੂੰ ਚੰਗਾ ਵੀ ਆਪਣੇ ਹੱਥੀਂ ਬਣਾਉਣਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਹਮਲੇ ਸਮੇਂ ਇੰਨੀ ਵੱਢ ਕੱਟ ਜਿਹੜੀ ਹੋਈ, ਉੱਥੋਂ ਦੇ ਲੋਕਾਂ ਨੂੰ ਇਹੀ ਗੱਲ ਸਮਝਾਈ ਸੀ ਵੀ ਇਹ ਤੁਹਾਡਾ ਕੀਤਾ ਤੁਹਾਡੇ ਸਾਹਮਣੇ ਆ ਗਿਆ ਹੈ, ਰੰਗ ਰਲੀਆਂ ਹੀ ਮਨਾਉਂਦੇ ਰਹੇ ਹੋ, ਕਦੇ ਆਪਣੀ ਪ੍ਰੋਡਕਸ਼ਨ ਕੀਤੀ ਨਹੀਂ, ਖੁਦ ਨੂੰ ਸਾਂਭਿਆ ਹੀ ਨਹੀਂ, ਜਿਹਨੇ ਪੈਦਾ ਕੀਤਾ ਕਦੇ ਉਹਦੇ ਵੱਲ ਚਿੱਤ ਜੋੜਿਆ ਹੀ ਨਹੀਂ। ਇਹ ਤੁਹਾਡਾ ਕੀਤਾ ਤੁਹਾਡੇ ਸਾਹਮਣੇ ਆਇਆ, ਇਹਦੇ ਵਿੱਚ ਰੱਬ ਦਾ ਕਸੂਰ ਨਹੀਂ ਹੈ, ਪਰਮਾਤਮਾ ਦਾ ਕਸੂਰ ਨਹੀਂ ਹੈ, ਰੱਬ ਨੂੰ ਦੋਸ਼ੀ ਨਾ ਠਹਿਰਾਓ। ਕਿਉਂਕਿ ਵਾਰ-ਵਾਰ ਰੱਬ ਤਾਂ ਤੁਹਾਨੂੰ ਸਮਝਾਉਂਦਾ ਰਹਿੰਦਾ ਵੀ ਭਾਈ ਕੰਮ ਚੰਗੇ ਕਰ, ਚੰਗੀਆਂ ਕੰਮਾਂ ਨਾਲ ਚੰਗਾ ਜੀਵਨ ਬਣਦਾ ਹੈ। ਸੋ ਇੱਥੇ ਇੱਕ ਵਹਿਮ ਨੂੰ ਆਪਾਂ ਅੱਜ ਖਤਮ ਕਰਨਾ ਹੈ ਕਿ ਨਾ ਕੋਈ ਦਿਨ ਚੰਗਾ ਹੁੰਦਾ ਹੈ, ਨਾ ਕੋਈ ਦਿਨ ਮਾੜਾ ਹੁੰਦਾ ਹੈ। ਚੰਗਾ ਜਾਂ ਮਾੜਾ ਅਸੀਂ ਆਪਣੇ ਹੱਥੀਂ ਬਣਾਉਂਦੇ ਹਾਂ, ਇਹ ਸਾਡੇ 'ਤੇ ਡਿਪੈਂਡ ਕਰਦਾ ਹੈ ਵੀ ਦਿਨ ਨੂੰ ਚੰਗਾ ਬਣਾਉਣਾ ਹੈ ਕਿ ਜਾਂ ਦਿਨ ਨੂੰ ਮਾੜਾ ਬਣਾਉਣਾ ਹੈ।